ਸਕੂਲ ਨੂੰ ਵਿਦਿਆ ਦਾ ਮੰਦਿਰ ਕਿਹਾ ਜਾਂਦਾ ਹੈ। ਜੇਕਰ ਵਿਦਿਆ ਦੇ ਮੰਦਿਰ ਦੇ ਵਿੱਚ ਸਿੱਖਿਆ ਦੇਣ ਵਾਲੇ ਅਧਿਆਪਕਾਂ ਨੂੰ ਹੀ ਕੱਢ ਦਿੱਤਾ ਜਾਵੇ ਤਾਂ ਉਸ ਅਧਿਆਪਕ ਤੇ ਕੀ ਬੀਤੇਗੀ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਨਾਭਾ ਦੇ ਆਰਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ, ਜਿੱਥੇ ਪਿਛਲੇ 20 ਸਾਲਾਂ ਤੋਂ ਮਿਊਜ਼ਿਕ ਅਧਿਆਪਕ ਨੀਰਜ ਸ਼ਰਮਾ ਨੂੰ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਬਿਨਾਂ ਨੋਟਿਸ ਦਿੱਤੇ ਅਤੇ ਬਿਨਾਂ ਕਾਰਨ ਦੱਸੇ ਹੀ ਅਧਿਆਪਕ ਨੀਰਜ ਸ਼ਰਮਾ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ। ਅਧਿਆਪਕ ਨੇ ਮੰਗ ਕੀਤੀ ਹੈ ਕਿ ਉਸ ਨੂੰ ਦੱਸਿਆ ਜਾਵੇ ਕਿ ਉਸ ਨੂੰ ਕਿਹੜੇ ਕਾਰਨਾਂ ਕਰਕੇ ਬਾਹਰ ਕੱਢਿਆ ਗਿਆ। ਇੱਥੋਂ ਤੱਕ ਉਸ ਨੂੰ ਕੋਈ ਨੋਟਿਸ ਵੀ ਨਹੀਂ ਦਿੱਤਾ। ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਇਹ ਹਵਾਲਾ ਦਿੱਤਾ ਗਿਆ ਕਿ ਨੀਰਜ ਸ਼ਰਮਾ ਨੂੰ ਸਕੂਲ ਵਿੱਚੋਂ ਇਸ ਲਈ ਕੱਢਿਆ ਗਿਆ ਕਿਉਂਕਿ ਇਹ ਕਲਾਸ ਦੇ ਵਿੱਚ ਫੋਨ ਸੁਣ ਰਿਹਾ ਸੀ ਅਤੇ ਇਹ ਫੈਸਲਾ ਸਕੂਲ ਦੀ ਮੈਨੇਜਮੈਂਟ ਵੱਲੋਂ ਲਿਆ ਗਿਆ। ਹੁਣ ਪੀੜਤ ਅਧਿਆਪਕ ਨੇ ਕਿਹਾ ਕਿ ਉਹ ਮੰਗ ਕਰ ਰਿਹਾ ਕਿ ਉਸ ਨੂੰ ਸਕੂਲ 'ਚ ਦੁਬਾਰਾ ਰੱਖਿਆ ਜਾਵੇ। ਉਹਨਾਂ ਨੇ ਕਿਹਾ ਕਿ ਮੈਂ ਆਪਣੀ ਗਲਤੀ ਮੰਨਦਾ, ਪਰ ਇਸ ਗੱਲ ਤੇ ਇੰਨੀ ਵੱਡੀ ਸਜ਼ਾ ਦਿੱਤੀ ਜਾਵੇਗੀ ਉਸ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ। ਇਸ ਮੌਕੇ ਸਕੂਲ ਦੇ ਇੱਕ ਹੋਰ ਅਧਿਆਪਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਨੂੰ ਵੀ ਸਕੂਲ ਵੱਲੋਂ ਬਿਨਾਂ ਨੋਟਿਸ ਦਿੱਤੇ ਸਕੂਲ ਤੋਂ ਕੱਢ ਦਿੱਤਾ ਗਿਆ ਸੀ ਤੇ ਸਕੂਲ ਦਾ ਤਾਨਾਸ਼ਾਹੀ ਰਵਈਆ ਹੈ। ਮੈਂ ਸਰ ਸੰਗੀਤ ਦੀ ਪੋਸਟ ਤੇ ਇੱਥੇ ਕੰਮ ਕਰ ਰਿਹਾ ਜੀ। ਸਮੱਸਿਆ ਸਰ ਮੈਨੂੰ 20 ਸਾਲ ਹੋ ਗਏ ਇੱਥੇ ਕੰਮ ਕਰਦੇ ਨੂੰ, ਔਰ ਐਤਵਾਰ ਨੂੰ ਇਹਨਾਂ ਨੇ ਮੈਨੂੰ ਜਿਸ ਦਿਨ ਗੁਰਪੁੰਨਿਆ ਸੀ 21 ਤਰੀਕ ਨੂੰ ਮੈਨੂੰ ਫੋਨ ਆਇਆ ਕਿ ਕੱਲ੍ਹ ਤੋਂ ਤੁਸੀਂ ਸਕੂਲ ਨਹੀਂ ਆਉਣਾ। ਮੈਨੂੰ ਨਾ ਤਾਂ ਇਹਨਾਂ ਨੇ ਕਾਰਨ ਦੱਸਿਆ ਗਿਆ ਜੀ, ਨਾ ਕੋਈ ਮੈਨੂੰ ਨੋਟਿਸ ਦਿੱਤਾ ਗਿਆ। ਮੈਂ ਉਸ ਤੋਂ ਅਗਲੇ ਦਿਨ ਸਕੂਲ ਵਿੱਚ ਆਇਆ ਵੀ ਮੈਨੂੰ ਕਾਰਨ ਦੱਸੋ, ਮੇਰੀ ਕੀ ਗਲਤੀ ਹੈ। ਇਹਨਾਂ ਨੇ ਮੈਨੂੰ ਪ੍ਰਿੰਸੀਪਲ ਨੇ ਕਿਹਾ ਕਿ ਇਹ ਤੁਸੀਂ ਮੈਨੇਜਮੈਂਟ ਕਮੇਟੀ ਤੋਂ ਪੁੱਛੋ। ਇਹ ਅਸ਼ਵਨੀ ਮੈਦਾਨ ਜੀ, ਮੈਂ ਹਾਂਜੀ ਕੰਟਰੈਕਟ ਬੇਸ ਤੇ ਸੀ ਮੇਰੀ ਸਰ, ਉਰੇ ਕੱਟ ਕਟਾ ਕੇ ਮੈਨੂੰ 8200 ਰੁਪਇਆ ਮਿਲਦਾ ਸੀ ਜੀ। ਮੇਰੇ EPF ਕੱਟਦਾ ਸੀ, ESI ਕੱਟਦਾ ਸੀ ਜੀ। ਰੀਜ਼ਨ ਕੀ ਤੁਹਾਨੂੰ ਦੱਸਿਆ ਹਟਾਉਣ ਦਾ? ਹਟਾਉਣ ਦਾ ਰੀਜ਼ਨ ਮੈਨੂੰ ਹਾਲੇ ਤੱਕ ਕੁਛ ਨਹੀਂ ਦੱਸਿਆ ਜੀ। ਇਹਨਾਂ ਨੇ ਮੈਨੂੰ, ਅਸੀਂ ਜਦੋਂ ਮੈਨੇਜਰ ਸਾਹਿਬ ਦੇ ਘਰ ਗਏ, ਇੱਕ ਰੀਜ਼ਨ ਜ਼ਰੂਰ ਦੱਸਿਆ ਸੀ ਕਿ ਇਹਨਾਂ ਨੇ ਮੋਬਾਈਲ ਚਲਾਇਆ ਸੀ। ਮੋਬਾਈਲ ਵੀ ਮੇਰੇ ਬੇਟੇ ਦਾ ਆਇਆ ਸੀਗਾ ਅਤੇ ਇਹ ਕਹਿੰਦੇ ਔਡਰ ਦੀ ਤੁਸੀਂ ਪਾਲਣਾ ਨਹੀਂ ਕੀਤੀ ਪ੍ਰਿੰਸੀਪਲ ਦੇ, ਕਿਉਂਕਿ ਜਦੋਂ ਇਹ ਔਡਰ ਨਿਕਲਿਆ ਸੀ ਉਸ ਵਕਤ ਮੈਂ ਛੁੱਟੀ 'ਤੇ ਸੀ ਜੀ, ਮੈਂ ਵਰਿੰਦਾਵਨ ਗਿਆ ਹੋਇਆ ਸੀ। ਮੇਰੇ ਔਡਰ 'ਤੇ ਹੁਣ ਵੀ ਸਾਈਨ ਨਹੀਂ ਹੈਗੇ ਜਿਹੜੇ ਮੋਬਾਈਲ ਦਾ ਔਡਰ ਨਿਕਲਿਆ, ਮੈਨੂੰ ਇਸ ਕਰਕੇ ਉਹ ਪਤਾ ਨਹੀਂ ਸੀ। ਮੇਰਾ ਬੇਟੇ ਦੀ ਇੰਟਰਵਿਊ ਹੋਣ ਕਰਕੇ ਮੈਂ ਬਾਹਰ, ਉਹਨੂੰ ਸਿਰਫ ਉਹਨੇ ਫੋਨ ਕੀਤਾ ਕਿ ਪਾਪਾ ਮੈਨੂੰ ਪੈਸੇ ਦੇ ਦਿਉ। ਇੰਨੇ ਦੇ ਵਿੱਚ ਪ੍ਰਿੰਸੀਪਲ ਨੇ ਮੈਨੂੰ ਇਹ ਗੱਲ ਕਹੀ ਕਿ ਤੁਸੀਂ ਫੋਨ ਚਲਾਇਆ। ਮੈਂ ਕਿਹਾ ਸਰ ਸੋਰੀ, ਚਲੋ ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਔਡਰ ਕੱਢਿਆ ਹੋਇਆ, ਅਗਰ ਮੈਨੂੰ ਪਤਾ ਹੁੰਦਾ ਤਾਂ ਮੈਂ ਬਾਹਰ ਹੋ ਕੇ ਗੱਲ ਕਰ ਲੈਂਦਾ। ਮੈਂ ਤਾਂ ਬਸ ਬੇਟੇ ਦਾ ਫੋਨ ਸੁਣਿਆ, ਉਹ ਬਾਹਰ ਖੜ੍ਹਾ, ਬੇਟਾ ਮੇਰਾ ਬਾਹਰ ਆਇਆ ਖੜ੍ਹਾ ਸੀ। ਇਹ ਤੋਂ ਬਾਅਦ ਅਗਲੇ ਦਿਨ ਮੈਨੂੰ, ਮੈਂ ਫਿਰ ਸਕੂਲ ਦੇ ਵਿੱਚ ਆਇਆ, ਇਹਨਾਂ ਨੇ ਮੈਨੂੰ ਹਾਜ਼ਰੀ ਨਹੀਂ ਲਗਵਾਉਣ ਦਿੱਤੀ। ਮੈਂ ਹਰ ਰੋਜ਼ ਸਕੂਲ ਆਉਂਦਾ ਰਿਹਾ ਬਿਨਾਂ ਨਾਗੇ, ਸਵੇਰੇ ਸਕੂਲ ਟਾਈਮ ਆਉਂਦਾ ਸੀ, 2 ਵਜੇ ਜਾਂਦਾ ਸੀ, ਪਰ ਨਾ ਮੈਨੂੰ ਇਹਨਾਂ ਨੇ ਪੜ੍ਹਾਉਣ ਦਿੱਤਾ ਅਤੇ ਨਾ ਮੇਰੀ ਹਾਜ਼ਰੀ ਲਵਾਈ ਪ੍ਰਿੰਸੀਪਲ ਅਸ਼ਵਨੀ ਸ਼ਰਮਾ ਨੇ। ਇੱਕ ਇਹ ਮੰਜੂ ਸ਼ਰਮਾ ਦਾ ਨਾਮ ਲੈ ਰਹੇ ਨੇ ਜੀ ਸਾਡੇ ਪ੍ਰਿੰਸੀਪਲ ਸਾਹਿਬ, ਮੰਜੂ ਸ਼ਰਮਾ ਨੇ ਤੁਹਾਨੂੰ ਕੱਢਿਆ। ਇਹ ਮੰਜੂ ਸ਼ਰਮਾ ਜੋ ਹੈ ਜੀ, ਇਹਨਾਂ ਨੇ ਡਾਇਰੈਕਟਰ ਲਗਾਈ ਹੋਈ ਹੈ, ਇਹ ਸਕੂਲ ਨਾਲ ਉਸਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹ ਪਹਿਲਾਂ ਵੀ 2 ਸਕੂਲਾਂ ਦੇ ਵਿੱਚੋਂ ਕੱਢੀ ਹੋਈ ਹੈ ਡਾਇਰੈਕਟਰ, ਜਿਹੜੀ ਇਹਨਾਂ ਨੇ ਲਗਾਈ ਹੈ 2 ਸਕੂਲਾਂ ਦੇ ਵਿੱਚੋਂ, ਇੱਕ ਦਯਾਨੰਦ ਦੇ ਵਿੱਚੋਂ ਔਰ ਇੱਕ ਊਸ਼ਾ ਮਾਤਾ ਦੇ ਵਿੱਚੋਂ। ਉਹਨਾਂ ਨੇ ਸਾਨੂੰ ਇਹ ਗੱਲ ਕਹੀ ਅਸ਼ਵਨੀ ਜੀ ਨੇ, ਤੁਹਾਨੂੰ ਉਹਨਾਂ ਨੇ ਹੀ ਕੱਢਿਆ ਗਾ। ਅਸੀਂ ਉਹਨਾਂ, ਕਿਉਂਕਿ ਸਕੂਲ ਨਾਲ ਤਾਂ ਲਾਗਾ ਤੇਗਾ ਨਹੀਂ, ਅਸੀਂ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ। ਮੈਨੂੰ ਸਿਰਫ ਅਸ਼ਵਨੀ ਸ਼ਰਮਾ ਜੀ ਦਾ ਫੋਨ ਆਇਆ ਸੀ ਪ੍ਰਿੰਸੀਪਲ, ਅਸ਼ਵਨੀ ਮੈਦਾਨ ਜੀ ਦਾ ਪ੍ਰਿੰਸੀਪਲ ਦਾ। ਮੈਂ ਇਹਨਾਂ ਨੂੰ ਹੀ ਬੇਨਤੀ ਕੀਤੀ ਵਾਰ ਵਾਰ ਆ ਕੇ, ਸਰ ਪਲੀਜ਼ ਤੁਸੀਂ ਮੇਰਾ ਕੁਛ ਕਰੋ, ਮੇਰੇ ਘਰ
ਭੁੱਖੇ ਮਰ ਜਾਣਗੇ। 8,82,000 ਰੁਪਏ ਨਾਲ ਕੁਛ ਨਹੀਂ ਬਣਦਾ। ਇਹਨਾਂ ਨੇ ਪਰ ਫਿਰ ਵੀ ਮੇਰੀ ਕੋਈ ਬਿਨਤੀ ਨਹੀਂ ਸੁਣੀ ਸਰ। ਅੱਜ ਹਾਰ ਕੇ ਮੈਂ ਸਰ ਆਪ ਜੀ ਦੇ ਅੱਗੇ, ਆਪ ਜੀ ਦੇ ਚੈਨਲ ਦੇ ਥਰੂ, ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਥਰੂ ਮੈਂ ਤਾਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਸਰ, ਮੇਰਾ ਇਸ ਮਸਲੇ ਦਾ ਹੱਲ ਕੀਤਾ ਜਾਵੇ। ਮੈਨੂੰ ਸਰ 21 ਜੁਲਾਈ ਤੋਂ ਬਾਅਦ ਮੈਨੂੰ ਇੱਥੇ ਖੱਜਲ ਖੁਆਰ ਹੋਣਾ ਪੈ ਰਿਹਾ ਜੀ। ਹੁਣ ਸਰ ਮੰਗ ਇਹੀ ਕਰਦਾ, ਮੈਨੂੰ ਮੇਰੀ ਨੌਕਰੀ 'ਤੇ ਬਹਾਲ ਕੀਤਾ ਜਾਵੇ। ਸਰ ਦੇਖੋ, ਮੈਂ ਸਕੂਲ 'ਚ 17 ਸਾਲ ਕੰਮ ਕੀਤਾ ਐਜ਼ ਏ ਹਿਸਟਰੀ ਲੈਕਚਰਰ, ਅਤੇ ਮੈਂ ਚਿੱਠੀ ਪੰਜਾਬ ਸਰਕਾਰ ਨੂੰ ਵੀ ਬਹੁਤ ਲਿਖੀਆਂ, DO ਨੂੰ ਵੀ ਲਿਖੀਆਂ, ਡਿਪਟੀ ਕਮਿਸ਼ਨਰ ਨੂੰ ਵੀ ਲਿਖੀਆਂ, ਆਪਣਾ ਐਜੂਕੇਸ਼ਨ ਮਿਨਿਸਟਰ ਨੂੰ ਵੀ ਲਿਖੀ, ਮੈਨੇਜਮੈਂਟ ਨੂੰ ਵੀ ਲਿਖੀ, ਪਰ ਕੋਈ ਵੀ ਸੁਣਵਾਈ ਨਹੀਂ ਹੋਈ। ਕਿਸੇ ਕੋਈ ਕਾਰਨ ਨਹੀਂ, ਕੋਈ ਸਾਨੂੰ ਕਾਰਨ ਦੱਸੇ ਮਹਿਕਮਾ ਜਿਸ ਕਾਰਨ ਕੱਢੇ, ਜਿਸ ਕਾਰਨ ਸਾਨੂੰ ਰਿਲੀਵ ਕੀਤਾ, ਠੀਕ ਹੈ ਨਾ ਜੀ। ਜਦਕਿ ਇੱਥੇ ਪੈਰਲਲ ਜੇ ਇਹ ਰਿਟਾਇਰਮੈਂਟ ਕਹਿੰਦੇ ਨੇ 65 ਸਾਲ ਦੀ, ਜਦੋਂ ਕਿ ਰਿਟਾਇਰੀ ਬੰਦੇ ਸਰਕਾਰੀ ਨੌਕਰੀ ਲੈ ਰਹੇ ਨੇ, ਤਨਖਾਹ ਲੈ ਰਹੇ ਨੇ, ਸਰਕਾਰੀ ਤਨਖਾਹ ਲੈ ਰਹੇ ਨੇ, ਔਰ ਇੱਥੇ ਇਹਨਾਂ ਦੇ ਰੱਖੇ ਹੋਏ ਨੇ। ਤੁਸੀਂ ਰੀਜ਼ਨ ਨਹੀਂ ਪੁੱਛਿਆ ਕਿਉਂ ਕੱਢਿਆ ਜੀ? ਪੁੱਛਿਆ ਵੀ ਕਰਨੇ, ਕਹਿੰਦੇ 65 ਸਾਲ ਦੀ ਉਮਰ ਹੋ ਗਈ ਜੀ, ਮਾ ਲਿਖ ਕੇ ਦਿਓ, ਰਿਜ਼ਾਈਨ ਦਿਓ ਸਾਨੂੰ, ਨੋਟਿਸ ਦਿਓ। ਨੋਟਿਸ ਕਿਉਂ ਨਹੀਂ ਦਿੰਦੇ? ਬਿਨਾਂ ਨੋਟਿਸ ਤੋਂ, ਬਿਨਾਂ ਗੱਲ ਤੋਂ, ਸਰਕਾਰੀ ਹੈ, 17 ਸਾਲ ਅਸੀਂ ਇਹ ਕੰਮ ਕਰਦੇ ਹਾਂ, ਸੇਵਾ ਕੀਤੀ ਸੀ ਸਕੂਲ ਦੀ, ਅਤੇ 17 ਸਾਲ 'ਚ ਮੈਂ ਕੱਢ ਕੇ ਮਾਰਿਆ। ਜਿਵੇਂ ਇਹਨਾਂ ਦਾ ਆਪਣਾ ਸਕੂਲ ਹੁੰਦਾ, ਉਹਨਾਂ ਦਾ ਪਰਸਨਲ ਸਕੂਲ ਹੈ। ਤੁਸੀਂ ਕੰਟਰੈਕਟ ਸੀ? ਨਾ ਜੀ, ਕੰਟਰੈਕਟ ਰੈਗੂਲਰ ਸੀ, 17 ਸਾਲ ਕੋਈ ਕੰਟਰੈਕਟ ਥੋੜ੍ਹਾ ਹੁੰਦਾ, ਕੋਈ ਕੰਟਰੈਕਟ ਨਹੀਂ ਦੀ, ਇਹਨਾਂ ਦੇ ਰੈਗੂਲਰ ਰੱਖੇ ਹੋਏ ਸੀ, ਅਤੇ ਕੋਈ ਨੋਟਿਸ ਨਹੀਂ ਦਿੱਤਾ, ਕੋਈ ਕੁਛ ਨਹੀਂ ਦਿੱਤਾ ਰਿਕਤਾ। ਜਦਕਿ ਸਾਨੂੰ ਜਿਹੜੀ ਹੈ ਤਨਖਾਹ ਸਕੂਲ ਦੇ ਬੱਚਿਆਂ 'ਚੋਂ ਜੋ ਫੰਡ ਇਕੱਠੇ ਹੁੰਦੇ ਨੇ, 1,00,000 ਰੁਪਇਆ ਫੰਡ ਮਹੀਨੇ ਦਾ ਆਉਂਦਾ, ਉਸ ਤੋਂ ਤਨਖਾਹ ਮਿਲਦੀ ਹੈ। ਕਿੰਨੀ ਤਨਖਾਹ ਸੀ ਤੁਹਾਡੀ? ਮੇਰੀ ਸੀਗੀ ਜੀ 8,500 ਰੁਪਏ, ਅਤੇ ਫਿਰ ਇਹਨਾਂ ਨੇ 1 ਸਾਲ ਮੇਰੀ 4,500 ਰੁਪਈਆ ਕਰਤੀ। ਮੈਂ ਚਲੋ ਟਾਈਮ ਪਾਸ ਹੈ, ਮੈਂ ਫਿਰ ਵੀ ਕੰਮ ਕੀਤਾ, ਪਰ ਸਾਨੂੰ ਕੋਈ ਕਾਰਨ ਨਹੀਂ ਦੱਸਿਆ ਵੀ ਕਿਸ ਕਾਰਨ 'ਤੇ ਕੀ ਬਲੇਮ ਹੈ। 3 ਸਾਲ ਹੋ ਗਏ ਤੁਹਾਨੂੰ? 17 ਸਾਲ ਨਾ, ਸਾਨੂੰ 2 ਸਾਲ ਹੋ ਗਏ। ਵੱਲੋਂ ਅਤੇ ਬੱਚਿਆਂ ਵੱਲੋਂ, ਵਿਦਿਆਰਥੀਆਂ ਵੱਲੋਂ ਕੰਪਲੇਂਟਸ ਆਈਆਂ ਸੀ ਕਲਾਸਾਂ ਵਿੱਚ, ਜਿਹੜੇ ਆ ਮੋਬਾਈਲ ਯੂਜ਼ ਕਰਦੇ ਨੇ ਬਹੁਤ ਜ਼ਿਆਦਾ, ਅਤੇ ਜਿਸ ਕਰਕੇ ਸਾਰੇ ਪੇਰੈਂਟਸ ਤੋਂ ਵੀ ਰਿਪੋਰਟ ਆਈ ਸੀਗੀ, ਔਰ ਬੱਚਿਆਂ ਦੀ ਵੀ ਸ਼ਿਕਾਇਤ ਆਈ ਹੈ, ਜਿਸ ਕਰਕੇ ਮੈਨੇਜਮੈਂਟ ਨੇ ਇਸ ਗੱਲ ਦਾ ਫੈਸਲਾ ਲਿਆ ਵੀ ਇਹਨਾਂ ਨੂੰ ਕਈ ਵਾਰੀ ਰੋਕਣ 'ਤੇ ਵੀ ਇਹਨਾਂ ਕਈ ਰੁਕੇ ਨਹੀਂ ਸੀ, ਮੈਂ ਵੀ 1-2 ਵਾਰੀ ਰੁਕਿਆ ਜਾਣ, ਅਤੇ ਜਿਸ ਕਰਕੇ ਇਹਨਾਂ ਨੂੰ ਉਹਦੇ ਬਾਅਦ ਯੂਜ ਉਸ ਤੋਂ ਉਹਦੇ ਕਰਕੇ ਵੀ ਇਹਨਾਂ ਨੂੰ ਐਕਸ਼ਨ ਲਿਆ। ਰਿਟਰਨ ਨੋਟਿਸ ਦਿੱਤਾ ਪਹਿਲਾਂ? ਮੈਂ ਉਹਨੂੰ ਪਹਿਲਾਂ ਇਹਨਾਂ ਨੂੰ ਬੱਚਿਆਂ ਨੂੰ ਕਿਹਾ ਹੀ, ਇਹਨਾਂ ਨੂੰ ਸਮਝਾਇਆ ਗਿਆ 2 ਵਾਰੀ ਵੀ ਕਲਾਸ ਵਿੱਚ ਮੋਬਾਈਲ ਨਾ ਵਰਤੋ, ਅਤੇ ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਖਿਲਾਫ ਨੁਕਸਾਨ ਹੁੰਦਾ। ਰਿਟਰਨ ਨੋਟਿਸ ਨਹੀਂ? ਕਿੰਨੇ ਸਾਲ ਤੋਂ? 15-20 ਸਾਲ ਦੇ ਨੇੜੇ ਦੇ ਜੋਬ ਹੈਗੀ ਹੈ। ਪ੍ਰਿੰਸੀਪਲ ਸਾਹਿਬ ਬਿਮਲ ਜੀ ਵੀ ਪਹਿਲਾਂ ਪ੍ਰਿੰਸੀਪਲ ਸੀ, ਉਹਨਾਂ ਨੇ ਵੀ ਔਡਰ ਕੱਢਿਆ ਹੋਇਆ, ਔਡਰ ਮੇਰਾ ਵੀ ਕੱਢਿਆ ਹੋਇਆ, ਔਡਰ ਨਿਕਲਦਾ ਹੀ ਹੈ, ਔਡਰ ਇਹਦੀ ਕਾਪੀ ਵੀ ਹੈਗੀ ਹੈ, ਰਜਿਸਟਰ 'ਤੇ ਔਡਰ ਹੈਗਾ, ਅਤੇ ਮੋਬਾਈਲ ਤਾਂ ਕਲਾਸਾਂ ਵਿੱਚ ਪਹਿਲਾਂ ਵੀ ਸਰਕਾਰ ਵੱਲੋਂ ਵੀ ਹਦਾਇਤ ਵੀ ਨਹੀਂ, ਕਲਾਸ ਦੇ ਵਿੱਚ ਨਹੀਂ ਵਰਤਣਾ ਚਾਹੀਦਾ ਪੜ੍ਹਾਉਂਦੇ ਵੇਲੇ, ਤਾਂ ਔਡਰ ਨਿਕਲੇ ਵੇਲੇ ਔਡਰ ਹੈਗੇ ਕਾਪੀ। ਰੂਲ ਅਕੋਰਡਿੰਗ ਪਹਿਲਾਂ ਨੋਟਿਸ ਦੇਣਾ ਪੈਂਦਾ, ਫਿਰ ਕੱਢਿਆ ਜਾਂਦਾ, ਤੁਸੀਂ ਕਿਉਂ ਨੋਟਿਸ ਨਹੀਂ ਦਿੰਦੇ? ਨਹੀਂ, ਪਹਿਲਾਂ ਸਮਝਾਉਂਦਾ ਹੀ ਹੋਇਆ, ਰਿਟਰਨ ਔਡਰ ਤਾਂ ਅਸੀਂ ਨੇ ਕੋਈ ਦਿੱਤਾ ਇਹਨਾਂ ਨੂੰ, ਕਿਉਂਕਿ ਜਿਹੜਾ ਰਿਟਰਨ ਔਡਰ ਤਾਂ ਨਿਕਲਿਆ ਹੀ ਪਿਆ ਸੀਗਾ ਉਹਨੂੰ ਤਾਂ ਫਿਰ ਫੋਲੋ ਕਰਨਾ ਚਾਹੀਦਾ, ਉਹ ਰਿਟਰਨ ਔਡਰ ਹੀ ਮੰਨਿਆ ਜਾਂਦਾ ਜਿਹੜਾ ਔਡਰ ਨਿਕਲਿਆ ਜਾਂਦਾ ਸਰਕੂਲ ਔਡਰ 'ਤੇ, ਉਹੀ ਔਡਰ ਹੁੰਦਾ ਹੈ। ਇਹਨੇ ਜਗ੍ਹਾ 'ਤੇ ਮੈਨੇਜਮੈਂਟ ਵੱਲੋਂ ਮੈਨੂੰ ਵਾਰ ਵਾਰ ਇਹ ਗੱਲ ਕਿਹਾ ਵੀ ਟੀਚ, ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਸੀਗਾ, ਇਸ ਕਰਕੇ ਸਾਨੂੰ ਟੀਚਰ ਰੱਖਣਾ ਸੀ, ਮਹੀਨਾ ਉਡੀਕ ਕੇ ਫਿਰ ਰੱਖਿਆ।